हेलो एंड वेलकम गाइस, तुम आई होप ते सारे कैंट होवेंगे ते गाइस आपा पूरे कैंट आ ते गाइस कहंदे आज टायर बदल देने हुण आपा होर अंकल जी कमे भाई भी अपने नाल नाल ही आंदे आ अपने घोड़ा ट्राला लेके जावा ओने भाई तू मेरे साथ 50-60 ते तुसी आंदे होंगे हैना भाई इन्ने कते आपा ट्रैक्टर लई जन्ने ते हुण भाई कहंदे चलो टायर तुसी ल्यांदे ते एक लद के चेंज करा के देने थोड़े कर दिए चेंज मैं कर दे मुंडियो ਨਿੱਕੀਆਂ ਨਿੱਕੀਆਂ ਟਰਾਲੀਆਂ ਦੋ ਦੋ ਟਾਇਰਾਂ ਵਾਲੀਆਂ 8-8 9-9 ਫੁੱਟ 2-2 ਟਾਇਰਾਂ ਵਾਲੀਆਂ ਕਹਿੰਦੇ ਚਾਰ ਤੇ ਟਾਇਰ ਮਾੜਾ ਕੀ ਕਹਿੰਦੇ ਜੈਕ ਉੱਚਾ ਚੱਕਣਾ ਪੈਣਾ ਹੁਣ ਵਿੱਚ ਕਿੱਡਾ ਬੰਬ ਲੱਗਦਾ ਨੈਣਾ ਸਾਹਿਬ ਚੱਲ ਚੱਕ ਕੇ ਪਾ ਦਿੰਦੇ ਹੁਣ ਤਾਂ ਵਿੰਗਾ ਕੋਈ ਨਾ ਚੱਲਣ ਦੇ ਸਪੈਂਡਲ ਨਵੇਂ ਪਾਉਣ ਵਾਲੇ ਸਟੰਟ ਕਰਨਾ ਸਪੈਂਡਲ ਵਿੰਗੇ ਹੋਏ ਹੋਏ ਆ ਆ ਟਾਇਰਾਂ ਤੇ ਤਾਂ ਨਹੀਂ ਪਤਾ ਲੱਗਦਾ ਵੇ ਇਹਨਾਂ ਦੀ ਵੀ ਕਸਾਈ ਵੇਖ ਆਡੀ ਟਿੰਡੀ ਹੋਈ ਪਈ ਆ ਅੰਦਰੋਂ ਤਾਂ ਕਸੇ ਆ ਬਾਹਰੋਂ ਤਾਂ ਕਸੇ ਨਹੀਂ ਹਾਂ ਐਂ ਇੰਗਲਾਈ ਹੋਈ ਵੀ ਜਰੀਆਂ ਹਾਂ ਤਾਂ ਹੀ ਤੂੰ ਕਰਾਤ ਕਹਿੰਦਾ ਟਾਇਰ ਕੋਲ ਲੱਗਦਾ ਆਓ ਆਈ ਟਾਇਰ ਕੋਲ ਲੱਗਦਾ ਨਹੀਂ ਤੇ ਬੰਦ ਮਾਰ ਵੜ ਗਈ ਨਾ ਚੱਕ ਕੋਈ ਸੈੱਟ ਕੰਮ ਆ ਮੈਂ ਰੋਡ ਤੇ ਲਾਇਆ ਬਰੋ हां हौली हौली रोड़ी चल चल ट्राली को ले जा आंदे होए हुण उत्थे जाके बदलांगे हजूर साहब जिद्दन पहुंच गए उद्दन बदलांगे आ जैक चपने वाले जे तेल पवा लो इन्हां तो ते सीधा सीधा रखियो कि नहीं भाई करते फिर मुंडे ने टायर चेंज है नहीं टले किथे ओ टालन वाले मुंडे हुण ओ टायर देखो लदने किथे है आ टायर देखो हुण लदने किथे ओ तां करते ओए स्पैंडल पता किन्ना विंगा उड़दा ਕੋਈ ਨਾ ਕੱਲ ਨੂੰ ਪਾ ਲਾਂਗੇ ਫੇਰ ਅੱਜ ਦੀ ਦਿਹਾੜੀ ਕਿਰਨ ਪਾਏ ਰਹਿਣ ਦੋ ਇਹ ਲੱਦਣੇ ਤਾਂ ਕਿੱਥੇ ਇੱਥੇ ਰੱਖ ਦੋ ਕਿ ਇੱਕ ਦਿਹਾੜੀ ਤਾਂ ਆਪਾਂ ਚੇਂਜ ਕਰਦੇ ਹਾਂ ਕੱਲ ਨੂੰ ਫੇਰ ਇਹ ਬਦਲ ਦਾਂਗੇ ਹੋ ਗਈ ਗੇਜ ਸੈੱਟ ਏ ਤੋੜਦੀ ਗੇਜ ਤੋੜਦੀ ਉਹ ਸ਼ੀਸ਼ਾ ਟੁੱਟਿਆ ਗੱਲਾਂ ਹੋਊਗਾ ਸਹੀ ਹੋ ਗਈਆਂ ਕਾਸਤੇ ਮੁੰਡਿਆਂ ਟਾਇਰ ਇੱਧਰ ਆਹੀ ਟਾਇਰ ਰਹਿਣ ਦਿੰਨੇ ਉੱਧਰ ਚੇਂਜ ਕਰ ਦਿੰਨੇ ਆ ਇਹਨਾਂ ਵੇਖੀਏ ਚਲਾ ਕੇ ਯੋ ਇਸਕਾ ਬੋਲਟ ਸਲਪ ਹੋ ਗਿਆ ਅੰਦਰ ਇੱਕ ਸਲਿਪ ਹੈ ਬਾਕੀ ਖੋਲ ਦੋ ਉਹ ਵੀ ਖੁੱਲ ਜਾਏਗਾ ਸ਼ੈਨੀ ਸੇ ਤੋੜ ਦੋ ਚੱਕੋ ਬਈ ਮੁੰਡੇ ਉਹ ਕਹਿੰਦੇ ਬਦਲਤੇ ਟਾਇਰ ਹਾਂ ਨਿਊ ਲੁੱਕ ਸੱਟਾ ਕੰਮ ਸੱਟਾ ਕੰਮ ਹੁਣ ਚਾਚੇ ਹੁਣੀ ਹੁਣ ਉੱਠਿਆ ਹਜੇ ਅੱਖਾਂ 'ਚੋਂ ਗੱਡਾ ਗੁੱਡਾ ਨਹੀਂ ਕੱਢੀਆਂ ਇਹਨਾਂ ਨੇ ਤੇ ਹਾਂ ਇੱਥੇ ਬਾਈ ਨਹੀਂ ਰੱਖੇ ਜਾਣੇ ਬਾਈ ਯਾਰ ਕਈ ਵਾਰੀ ਪਤਾ ਹੁੰਦਾ ਮੋੜਨ ਦੀ ਲੋੜ ਪੈ ਜੇ ਕੀ ਕਰੀ ਜਾਂਦੇ ਆ ਕਾਸ਼ਦੀਪ ਖਾ ਰਿਹਾ ਨਿਊਟਲ ਨਿਊਟਲ ਚਾਚਾ ਵੀ ਕੀ ਕੰਮ ਕਾਸ਼ਦੀਪ ਅੱਜ ਨਿਊਟਲ ਬਣਾ ਰਿਹਾ ਹਜੇ ਤਾਂ ਖਾ ਨਹੀਂ ਰਿਹਾ ਕਾਸ਼ਦੀਪ ਨਿਊਟਲ ਰਸੋਈ ਸੈੱਟ ਆ ਕੰਮ ਤੇ ਗਾਈਸ ਦੁੱਧ ਬਹੁਤ ਘੈਂਟ ਆ ਜੇ ਤੁਸੀਂ ਵੀ ਬਾਈ ਇੱਧਰ ਟਰੈਕਟਰ ਟਰਾਲੀ ਲੈ ਕੇ ਆਉਣਾ ਨਾ ਤੁਹਾਨੂੰ ਦੁੱਧ ਦਿਖਾਉਣਾ ਆ ਦੁੱਧ ਦੀ ਪੈਕਿੰਗ ਲੈ ਲਓ 3 ਮਹੀਨੇ ਨਹੀਂ ਹਨਾ ਬਾਈ ਖਰਾਬ ਹੁੰਦਾ ਤੁਸੀਂ ਯਾਰ ਪਿੰਡੋਂ ਲੈ ਕੇ ਤੁਰ ਪਿਓ 2 ਪੇਟੀਆਂ ਬਾਈ ਤੁਹਾਡੀ ਯਾਤਰਾ ਵਧੀਆ ਨਿਕਲ ਜੂ ਪਰ ਇਹ ਨਹੀਂ ਖਰਾਬ ਹੁੰਦਾ ਚਾਹ ਚੂਹ ਬਣਾਉਣੀ ਹੈ ਨਾਲੇ ਯਾਰ ਬੋਤਲ 'ਚ ਪਿਆ ਖਰਾਬ ਹੋ ਜਾਂਦਾ ਦੁੱਧ ਜਾਂ ਡੋਲੇ ਜਾਂਦਾ ਇਹ ਚੀਜ਼ ਘੈਂਟ ਆ ਯਾਰ ਗਰਮੀਆਂ 'ਚ ਵੀ ਇਹਦੀ ਲਿਮਟ ਹੁੰਦੀ ਹੋਊ ਯਾਰ ਬਾਈ ਇਹ ਚੋਂ ਕੈਮੀਕਲ ਜਾ ਕੋਈ ਹਵਾ ਹੀ ਇਹ ਜੀ ਭਰਦੇ ਆ ਪੈਕਿੰਗ ਵੇਲੇ
ਮੂੰਹ ਵੇਖੋ ਗਾਈ ਦਾ ਭਰ ਕੇ ਆਉਂਦਾ ਮੂੰਹ ਨਾਲ ਨਹੀਂ ਦੂਜੂ ਕਾਰਬਨ ਡਾਈਆਕਸਾਈਡ ਜਿਹੜੀ ਛੱਡਦਾ ਉਹ ਭਰਦਾ ਆਪਾਂ ਟਰਾਲੇ ਦੇ ਲਵਾਵਾਂਗੇ ਜਦੋਂ ਸਪੈਸ਼ਲ ਤਿਆਰ ਕਰਵਾਇਆ ਨਾ ਐਂ ਖੁੱਲਦਾ ਹੀ ਹੈ ਨਾ ਬਾਈ ਹਾਂ ਨਰਸਿੰਘਪੁਰ ਤੋਂ ਬਾਅਦ ਫਿਰ ਆਊਗਾ ਲਗਣਾ ਦੌਣ ਤੋਂ ਫਿਰ ਖਵਾਸਾ ਬਾਰਡਰ ਐਮ ਪੀ ਦਾ ਬਾਰਡਰ ਫਿਰ ਆਉਣਾ ਤੇ ਹੁਣ ਆਪਾਂ ਐਮ ਪੀ ਚ ਬੈਠੇ ਆ ਤੇ ਇੱਥੋਂ 750 ਕਿਲੋਮੀਟਰ ਰਹਿ ਗਿਆ ਸਾਰਾ ਨੰਦੇੜ ਸਾਹਿਬ ਲੱਛਣ ਵੇਖੋ ਕੀ ਦੂਜੂ ਸਮਝਾਉਂਦਾ ਤੁਹਾਨੂੰ ਪਤਾ ਰਾਤ ਦੇ ਆਪਾਂ ਮਿਲੇ ਹੋਏ ਇਕੱਠੇ ਹੀ ਆਈ ਜਾਂਦੇ ਹੌਲੀ ਹੌਲੀ ਤੇ ਹੌਲੀ ਹੌਲੀ ਖਿੱਚ ਕੇ ਨੀ ਹੌਲੀ ਖਿੱਚ ਕੇ ਜਾਵਾਂਗੇ ਮਹਾਂ ਛੇਤੀ ਪਹੁੰਚਾਂਗੇ ਅੱਛਾ ਤੇ ਟਾਇਰ ਵੀ ਹੁਣ ਦੂਜੇ ਪਾਦੇ ਹੁਣ ਤਾਂ ਵੱਧ ਭੱਜੂਗਾ ਡਰੈਕਟਰ ਠੀਕ ਆ ਤੇ ਬਾਈ ਹੁਣ ਤਾਂ ਨਾਲ ਨਾਲ ਆਉਂਦੇ ਕਿ ਸਾਨੂੰ ਯਾਰ ਪਤਾ ਨਹੀਂ ਰਾਵਾਂ ਰੂਵਾਂ ਤਾਂ ਕਹਿੰਦੇ ਲੋੜ ਪੈ ਜਾਂਦੀ ਆ ਬਾਈਆਂ ਦਾ ਵੀ ਧੰਨਵਾਦ ਹਨਾ ਨਾਲ ਨਾਲ ਆਈ ਜਾਂਦੇ ਆ ਤੇ ਬਾਈਆਂ ਨੇ ਜਾਣਾ ਮਹਾਰਾਸ਼ਟਰ ਬਾਈਆਂ ਦਾ ਸੁਭਾਅ ਬਾਈਆਂ ਨੇ ਜਾਣਾ ਹੈਦਰਾਬਾਦ ਭਾਈ ਨਹੀਂ ਬਾਹਰਲੀ ਸਟੇਟ ਜਾ ਕੇ ਹੋਰ ਬਥੇਰੇ ਪੰਜਾਬੀ ਮਿਲੇ ਸਾਨੂੰ ਬੱਚੇ ਕੋਈ ਕੋਈ ਹੱਥ ਵੀ ਨਹੀਂ ਖੜਾ ਕਰਕੇ ਜਾਂਦਾ ਇਹਦਾ ਦੂਰ ਦੀ ਗੱਲ ਆ ਵੀ ਕੋਈ ਖੜ ਜੇ ਕੋਲੇ ਇਹ ਬਾਈ ਸਪੈਸ਼ਲ ਦੇਖ ਲਓ ਸਾਡੇ ਕਰਕੇ ਖੜ ਕੇ ਚਾਹ ਬਣਾ ਕੇ ਸਾਨੂੰ ਪਿਆ ਕੇ ਉੱਥੋਂ ਹੁਣ ਉਦੋਂ ਦੇ ਬਾਈ ਕੱਲ ਆਥਣ ਦੇ ਸਾਡੇ ਨਾਲ ਤੁਰੇ ਰਹੇ ਸਾਰੀ ਰਾਤ ਫਿਰ ਹੁਣ ਅੱਜ ਫੇਰ ਜਾਣਗੇ ਨਹੀਂ ਕੋਈ ਪੰਜਾਬੀ ਇੱਥੇ ਟੱਕਰ ਜੇ ਹੱਥ ਵੀ ਨਹੀਂ ਖੜਾ ਕਰਦਾ ਬਾਈ ਲੱਕੀ ਮੈਂ ਬਾਈ ਕਈ ਹੁੰਦੇ ਆ ਉਹ ਬਾਈ ਕੰਮ ਧੰਦੇ ਬਾਈ ਇੰਨੇ ਹਨਾ ਬਾਈ ਜ਼ਰੂਰੀ ਆ ਕਿਉਂਕਿ ਯਾਰ ਕਈਆਂ ਦਾ ਹੁੰਦਾ ਕੱਚਾ ਮਾਲ ਉਹ ਅਗਲੇ ਨੇ ਘੰਟਿਆਂ 'ਚ ਹੀ ਪਹੁੰਚਾਉਣਾ ਹੁੰਦਾ ਹਨਾ ਬਾਈ ਹਾਂ ਇਹ ਵੀ ਗੱਲ ਆ ਬਾਕੀ ਸੈੱਟ ਆ ਮੁੰਡਿਓ ਕੰਮ ਚੱਕੋ ਬਾਈ ਮੁੰਡਿਓ ਕਹਿੰਦੇ ਮੈਂ ਕਿਆ ਕਰਤਾ ਤਿਆਰ ਮੁੰਡਿਆਂ ਨੇ ਚੱਲ ਪਾ ਦੇ ਮੈਨੂੰ ਬਾਟੀ 'ਚ ਫੜਾ ਯਾਰ ਪਾਰਟੀ ਚ ਪਾ ਦੇ ਕਿੰਨੇ ਕੁ ਜਾਣੇ ਇਕੱਠੇ ਖਾਵਾਂਗੇ ਯਾਰ ਬਾਈ ਯਾਰ ਟੋਲ ਪਲਾਜ਼ੇ ਤੋਂ ਠੀਕ ਆ ਤੇ ਹੁਣ ਆਪਾਂ ਚਲਾਵਾਂਗੇ ਟਰੱਕ ਕਹਿੰਦੇ ਮੇਰੇ ਵੀਰੇ ਘੋੜਾ ਟਰਾਲਾ ਤੇ ਕੀ ਕਹਿੰਦੇ ਹੁੰਦੇ ਟਰੈਕਟਰ ਦੂਜੇ ਮੁੰਡੇ ਲਿਆਉਂਦੇ ਠੀਕ ਆ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ ਚਲੋ ਬਈ ਹੁਣ ਬਾਬਿਆਂ ਦੇ ਚੱਲਦੇ ਆ ਇਹ ਆਪਾਂ ਰੱਖੇ ਸੀਗੇ ਅੱਛਾ ਚਲੋ ਬਈ ਮੁੰਡਿਓ ਕਿਉਂ ਤੁਹਾਡਾ ਬਾਈ ਕਹਿੰਦੇ ਡਰਾਈਵਰ ਬਣ ਗਿਆ ਟਰੱਕ ਦਾ ਗੇਮ ਜੀ ਵਾਲੀ ਫੀਲਿੰਗ ਆਉਂਦੀ ਹੈ ਜਮਾਂ ਗੇਮਾਂ ਹੀ ਅਸੀਂ ਚਲਾਉਂਦੇ ਹੁੰਦੇ ਟਰੱਕਾਂ ਵਾਲੀਆਂ ਸੱਤਵਾਂ ਗੇਰ ਹੁਣ ਤਾਂ ਟਾਪ ਹੀ ਰਹਿ ਗਿਆ ਨਾ ਫੁੱਲਣ ਯਾਰ ਆਉਂਦਾ ਬਈ ਜਮਾਂ ਹੈ ਤਾਂ ਟਰਾਲੀ ਵਾਲਾ ਹਿਸਾਬ ਹੀ ਇਹਦੇ ਤਾਂ ਸ਼ੀਸ਼ੇ ਸ਼ੂਸ਼ੇ ਵੀ ਫੁੱਲ ਲੱਗੇ ਹਨਾ ਇਹ ਟਰੈਕਟਰ ਤੇ ਤਾਂ ਦੀਂਦਾ ਨੀ ਗਾ ਇਹ ਤਾਂ ਫੁੱਲ ਦੀਂਦਾ ਕਿੱਧਰ ਨੂੰ ਮਰਜ਼ੀ ਇਕੱਠੀ ਚੱਲੋ ਲੋੜ ਜਾਣਾ ਗੱਡੀ ਹਾਂ ਗਾਈਸ ਯਾਰ ਇੰਨਾ ਵਧੀਆ ਲੱਗਿਆ ਨਾ ਯਾਰ ਘੋੜਾ ਟਰਾਲਾ ਚਲਾ ਕੇ ਜਮਾਂ ਗੇਮ ਵਾਲੀ ਫੀਲਿੰਗ ਆਉਂਦੀ ਯਾਰ ਜਿਵੇਂ ਗੇਮ 'ਚ ਨਹੀਂ ਆਪਾਂ ਟਰੱਕ ਸਿਮੂਲੇਟਰ ਜੀ ਖੇਡਦੇ ਹੁੰਦੇ ਹਨਾ ਜਮਾਂ ਉਹ ਨਜ਼ਾਰਾ ਬਾਈ ਅਤੇ ਜਮਾਂ ਗੇਮ ਵਾਲੀ ਫੀਲਿੰਗ ਆਉਂਦੀ ਆ ਅਤੇ ਇੱਕ ਬਾਈਆਂ ਦਾ ਯਾਰ ਜਿਨ੍ਹਾਂ ਦਾ ਟਰੱਕ ਆ ਇੰਨਾ ਸੁਭਾਅ ਯਾਰ ਘੈਂਟ ਆ ਨਾ ਯਾਰ ਮੈਂ ਪੁੱਛੀ ਨਾ ਬਾਈ ਕੱਲ੍ਹ ਰਾਤ ਦੇ ਆਪਾਂ ਨੂੰ ਮਿਲੇ ਹੋਏ ਆ ਹਨਾ ਚਾਹ ਚੂ ਬਾਈ ਬਣਾ ਕੇ ਦਿੰਦੇ ਆ ਅਤੇ ਯਾਰ ਇੰਨਾ ਘੈਂਟ ਨਾਈ ਸੁਭਾਅ ਯਾਰ ਬਾਈ ਕਹਿੰਦੇ ਚੱਲ ਇਕੱਠੇ ਹੀ ਚੱਲਦੇ ਹੌਲੀ ਹੌਲੀ ਠੀਕ ਆ ਅਤੇ ਮੈਂ ਕਿਹਾ ਬਾਈ ਮੈਂ ਟਰੱਕ ਚਲਾ ਕੇ ਵੇਖਣਾ ਬਾਈ ਕਹਿੰਦਾ ਕੋਈ ਯੱਕਰ ਹੀ ਨਹੀਂ ਗਾ ਚਲਾ ਕੇ ਵੇਖ ਅਤੇ ਬਾਈ ਦਾ ਮੁੰਡਾ ਸੀਗਾ ਉਹ ਕਹਿੰਦਾ ਮੈਂ ਟਰੈਕਟਰ ਚਲਾ ਕੇ ਵੇਖਣਾ ਮੈਂ ਕਿਹਾ ਤੂੰ ਟਰੈਕਟਰ ਚਲਾ ਮੈਂ ਟਰੱਕ ਚਲਾ ਕੇ ਲਿਆਉਣਾ ਓਕੇ ਆ ਕੰਮ ਅਤੇ ਬਾਈ ਮਾੜਾ ਜਿਹਾ ਗਿਆ ਸੀਗਾ ਕੀ ਕਹਿੰਦੇ ਹੁੰਦੇ ਆ ਇੱਥੇ ਨਾ ਢਾਬਾ ਉਹ ਸਾਹਮਣੇ ਦੇਖੋ ਸਮਾਨ ਸਮੂਨ ਲੈਣਾ ਹੋਵੇ ਮਿਲ ਜਾਂਦਾ ਵਾ ਸਾਰਾ ਬਾਕੀ ਤੁਸੀਂ ਸਮਝ ਹੀ ਗਏ ਹੋ ਕਿਹੜੇ ਸਮਾਨ ਦੀ ਗੱਲ ਕਰ ਰੋਟੀ ਪਾਣੀ ਅਤੇ ਇਹ ਕੀ ਕਹਿੰਦੇ ਹੁੰਦੇ ਕਿਹੜਾ ਟੋਲ ਪਲਾਜ਼ਾ ਵਾ ਤੁਹਾਨੂੰ ਦਿਖਾਇਆ ਸੀ ਮੈਂ ਨਾ ਭੁੱਲ ਗਿਆ ਪਿੱਛੇ ਵੀਡੀਓ ਦੇ ਪਿੱਛੇ ਕਰਕੇ ਦੇਖ ਲਓ ਕਿਹੜੇ ਨਾਂ ਲਿਆ ਸੀਗਾ ਟੋਲ ਪਲਾਜ਼ੇ ਦਾ ਉਹ ਟੋਲ ਪਲਾਜ਼ੇ ਤੋਂ 2 ਜਾਂ 3 ਕਿਲੋਮੀਟਰ ਅੱਗੇ ਤੋਂ ਆਪਾਂ ਅੱਗੇ ਨੂੰ ਜਾਂਦੇ ਹਾਂ ਅਤੇ ਇੱਧਰੋਂ ਸੱਜੇ ਹੱਥ ਆ ਠੀਕ ਆ ਆਹ ਢਾਬਾ ਵਾ ਜਾ ਕੇ ਕੋਈ ਵੀ ਸਮਾਨ ਪਤਾ ਲੈਣਾ ਹੋਵੇ ਤੁਸੀਂ ਲੈ ਸਕਦੇ ਹੋ ਅਤੇ ਬਾਕੀ ਹੁਣ ਓਕੇ ਕੰਮ ਹੈ ਕਿਉਂ ਏ ਸੀ ਉਸੀ ਬੋਲ ਲਾ ਠੰਡੀ ਬਾਹਰ ਫਰ ਗਈ ਹਵਾ ਚੜ੍ਹ ਰਿਹਾ ਨਜ਼ਾਰਾ ਆ ਗਿਆ ਕਹਿੰਦੇ ਆ ਜਾਂਦੇ ਬਾਰਿਸ਼ ਆ ਗਈ ਬਾਰਿਸ਼
पानी निकला है, टायर ना पंचर हो गया, पानी निकल रहा है। वो कहता धीरे धीरे पानी निकलेगा फिर लगाऊंगा पंचर। ठीक अब आप ऐसे क्यों पैसे सोते हो? आप ऐसे अच्छा मुदे हो गए हैं। ठीक है ऐ खिचते मुंडे ने कहते गड्डी बाई दी रात दी अपने नाल सी अपना टायर पंचर हो गया खला खलू दिता टायर बाइया ने हुण बाइया नूं हैगी काली। चल ठीक है जाने ओके भाई चार्जर हलो भाई लाल एक्सटी जाते लाल एक्सटी वाले ने भाई तू कहला जा एक तो भाई बन के लवा लगे और एक ला ला बस ठीक है बादू आ रोटियां खवाऊंगा चंगी सब्जी सुब्जी बना के साडे आउंदिआं नूं मुंडिआं ने लै सिरा किराया पिआ यार बई फिर तुहानूं दस्सिआ सी ना राजस्थान ते बई दी लंघे फिर सिरा तां होऊगा ही रगां दा बह गया ट्यूब भी बिठाओ गाइस नहानू ले जावा ओके हो गए साफा बढ़ लिया दमाल आपा फिर ते मुंडे कहिंदे आ के प्रसादे पका के ते टायर ट्यूब टाप बदल के जावा ओके करके ले आए ठीक है खट्टा काम ओके ब्रेक लाई ब्रेक बड़ा पिछो लिया पिछो बड़ा भजा के ब्रेक मारी वेखी खाई तो किन्ना के खाई तो उधर नू पानी है कुछ वध खिचूगा भरा तो लेने वेख तो लीए बो लिया दूजा पाले मार ओवे आए हुंदा परे नू हाँ रोटी रोटी खा ली मुंडे ने ते ओके दी रिपोर्ट कम सेट कम उठन नू जी नहीं करदा जनता दा हुण डेक नू की कराता यार गाइस जिद्दन दे तुरे ना किते कौ कड़ जांदा किते कौ खड़ जांदा हुण डेक नू पता नहीं की च हो गया यार आवाज नहीं आउंदी हुण पता नहीं की चक्कर है दिखाउणा पैणा वा बिट्टू बिट्टू आपां पंज छे घंटे हो गए बाई ने यार इन्नी कहिंदा मतलब टायर बई ट्यूब की कहते हैं पेंचर हो गया ट्यूब ट्यूब ने भी लिया के दी बई ने ठीक है ते बंटी मैं कही हना बई बंटी बंटी वीर दा ढाबा ठीक है बई अपने नाल गया यार मोटरसाइकिल लेके ठीक है असि ट्यूब लिया उतो हां ते फिर बई ने चाह पता नहीं तीन चार बारी पिया दी रोटियां रोटियां खवाइया सानू घैंट जी सब्जी हां बई जरूर आया करो इतने ओके काम जेड़ा भी यार जो जो ट्रैक्टर से जाने ते इथे आ ढाबे ते रुक जा करो आ केड़ा पिछला टोल प्लाजा केड़ा सीगा सागर दा हां सागर दे टोल प्लाजे तो 2 किलोमीटर अगे आ इधर ले हाथ सज्जे हाथ ठीक है ते रुकियो ते भाई थनु चाय पानी पैसे पोहे ने जावे आलसा ढाबा खालसा खालसा दा मुंडे ओ खालसा ढाबा ओ भाई दा ना बंटी है जेड़ा इथे हुंदा वा हैना ठीक है मुंडिया जा रहे हैं हम पहाड़ों में नहाई जाते वेखियो उन्होंने आया कोई देखता ही नहीं पर हम देख रहे हैं वो टट्टी करन चलिया लव प्रीत हमको तो कोई वो कहता होगा सू कोई देखता ही नहीं राड़े होनी नहाई जाते अपने भाई तो बोतल लेके चलिया चल कोई ना तो आप इधर रीला रूला बनाई जाते थे ठीक है
ਠੀਕ ਆ ਤੇ ਡੈਕ ਵੀ ਯਾਰ ਬਸ ਤਾਰਾਂ ਹੀ ਹਲਾਈਆਂ ਤੇ ਬਾਬੇ ਦੀ ਕਿਰਪਾ ਨਾਲ ਚੱਲ ਪਿਆ ਹੁਣ ਬਸ ਬਾਬਾ ਸੁੱਖ ਰੱਖੇ ਸਾਰਾ ਕੁਝ ਸਹੀ ਰਵੇ ਤੇ ਅਸੀਂ ਕਿਹਾ ਚੱਲ ਦੋ ਚਾਰ ਰੀਲਾਂ ਬਣਾ ਲੈਂਦੇ ਹਾਂ ਠੀਕ ਆ ਤੇ ਉਹ ਨਹਾਈ ਜਾਂਦੇ ਆ हेलो भाई बटन छड़ा करांगे अग कढ़िया करू धूआं नहीं अग हां नाल लाइटर जा होवे जदों छड्डे ਐਡੀ ਲੰਮੀ ਅੱਗ ਕੱਢਿਆ ਕਰੇ ਝੰਡੇ ਜਿੰਨੀ ਉੱਚੀ ਬਣਾਵਾਂਗੇ ਯਾਰ ਪੱਕਾ ਜਾ ਕੇ ਹੋਲੇ ਮਹੱਲੇ ਤੇ ਕਰਕੇ ਲਿਜਾਵਾਂਗੇ ਚੱਲ ਕੇ ਫਿਰ ਤੜਕੇ ਦੇ ਖੜੇ ਹੀ ਆ ਬੋਲੇ फुहारे लगे मौसम देखो ते सड़कां देखो किन्नियां घैंट यार रोड तां बड़े घैंट रोड आ भाई इधर दी तां जिहड़े रोड असीं आए आ ना वा घैंट घैंट रोड ही आ पेट्रोल पंप ते रुके सीगे रोटी रूटी पकाउंदे हुण हणा ते उदों तां ही मैं ट्रैक्टर चलाई जांदा यार ते हुण रोटी रूटी पका के रोटी रूटी खा के फिर आपां 12 जां 1 बजे तक ट्रैक्टर चलावांगे उस तों बाद वेख लाउणगे ठीक आ ते करदे चाचा बंद करदे बंद बंद क्यों नहीं करदा टाबी कटा कम मुंडे संता का भी हम लाने रोटियां रोटियां कहते भाई इतने तुम रोटी नहीं ला सकते रोटी
सब्जी चीरी जांदे आ जवा सेरा लग्या पिया पूर पई जांदी है अज सब्जी वेखो कादी बनाउन लग्या मुंडे हजे तां गंढे ते आलू चीरी बैठे आ मुंडे ਬਈ ਕਾਹਦੀ ਸਬਜ਼ੀ ਬਣਾਉਣ ਲੱਗੇ ਅੱਜ ਅੱਜ ਸਾਡੇ ਕੋਲੇ ਆਲੂ ਤੇ ਗੰਢੇ ਹੀ ਪਏ ਇਹੀ ਚੱਕਰ ਚੁੰਡਾ ਜੇ ਬਣਾ ਦੇਣਾ ਬਸ ਅਦਰਕ ਉਦਰਕ ਪਾ ਕੇ ਟਮਾਟਰ ਵੀ ਪਏ ਆ ਚਾਲ ਸਕ ਨਾ ਕਰਦੇ ਭਾਬੀ ਤੂੰ ਕੀ ਕਹੇਂਗੀ ਭਾਬੀ ਦੱਸ ਆਉਦੇ ਆਣ ਵਾਲੇ ਆ ਜਿਹੜਾ ਕੁਛ ਛੱਲ ਕੇ ਬਣਾ ਦੇਣਾ ਜਿਹੜਾ ਕੋ ਆ ਭੈਣ ਦੇ ਵੀ ਗੱਲ ਚ ਉਹ ਖਾਈ ਲਾਇਆ ਫੇਰ ਇਹ ਭੈਣ ਦੇ ਅੱਜ ਨਾ ਗੱਲ ਚ ਕੁਛ ਅੜ ਗਿਆ ਕੱਟਰ ਨਹੀਂ ਤੇ ਆਪਾਂ ਤਾਂ ਦੋ ਖਾ ਕੇ ਅੱਛਾ ਫੇਰ ਕੀ ਹੋ ਗਿਆ ਏ ਮੋਦੀ ਦੇ ਧੱਕੇ ਚੜ ਗਿਆ ਏ ਕਹਿੰਦਾ ਮੈਂ ਧਰਨੇ ਤੇ ਕਹਿੰਦਾ ਮੈਂ ਧਰਨੇ ਤੇ ਗਿਆ ਸੀ ਰੋਟੀ ਗਾੜੀ ਸੀ ਕਿਉਂ ਕਾਲੇ ਕੋਟਾਂ ਜਾਲੇ ਉਹ ਕਾਲੇ ਪੀਲੇ ਜੇ ਨਹੀਂ ਇਹ ਰੈਲੀ ਕਰਾਉਣ ਗਿਆ ਸੀ ਅੱਛਾ ਅੱਛਾ ਰੈਲੀ ਕਰਾਉਣ ਗਿਆ ਰੈਲੀ ਤੇ ਅੱਛਾ ਫਿਰ ਉਹਨਾਂ ਨੇ ਸਵਾਰ ਕੇ ਰੈਲੀ ਕਰਤੀ ਇਹਦੀ ਇਹੋ ਜਿਹਾ ਬਲੌਗ ਮੇਰੇ ਨੇ ਬਣਾ ਸਿਰਾ ਲਵਾ ਤਾ ਜਮਾ ਹੀ कोई ना राड़े दे खाते आनी है ਗੁਰਦੁਆਰਾ ਸਾਹਿਬ ਦੋ ਹੀ ਗੁਰਦੁਆਰੇ ਮਿਲੇ ਹਨ ਇੱਕ ਤਾਂ ਚੱਲ ਸਾਬੋ ਕੀ ਤਲਵੰਡੀ ਉਹਦਾ ਮੇਨ ਆ ਉਦੋਂ ਬਾਅਦ ਇੱਕ ਗੁਰਦੁਆਰਾ ਮਿਲਿਆ ਕਿਹੜਾ ਸੀ ਪਿਛਲੇ ਵਲੋਗ ਚ ਦੇਖਿਆ ਵਾ ਮੇਨ ਰੋਡ ਤੇ ਸੀਗਾ ਉੱਥੇ ਨਹੀਂ ਹੋਰ ਕੋਈ ਗੁਰਦੁਆਰਾ ਸਾਨੂੰ ਹਜੇ ਤੱਕ ਮਿਲਿਆ ਨਹੀਂ ਇਹ ਬਾਈ ਤੁਹਾਨੂੰ ਬਲੌਗ ਅਸੀਂ ਤਾਂ ਦਿਖਾਉਣੇ ਆ ਚੀਜ਼ਾਂ ਬਲੌਗ ਚ ਤੇ ਤੁਹਾਨੂੰ ਆਹ ਚੀਜ਼ਾਂ ਲਿਆਉਣੀਆਂ ਪੈਣੀਆਂ ਲਿਆਉਣੀਆਂ ਪੈਣੀਆਂ ਨਾਲੇ ਤੁਸੀਂ ਐ ਸਬਜ਼ੀ ਬਣਾ ਸਕਦੇ ਸੀ ਦੇਖ ਕੇ ਆਹ ਚੀਜ਼ ਬਣਾਉਣੀਆਂ ਕਿਵੇਂ ਨਹੀਂ ਨਹੀਂ ਬਣਾਉਣੀ ਆਉਂਦੀ ਹੁੰਦੀ ਕਿਸੇ ਨੂੰ ਠੀਕ ਆ ਜੀ ਨਹੀਂ ਜਾਣੀ ਕਿ ਇੱਕ ਕੁੱਕ ਨਾਲ ਚਾਹੀਦਾ ਕੁੱਕ ਵਧੀਆ ਤੇ ਰੋਟੀਆਂ ਲਾਉਣ ਵਾਲਾ ਬੰਦਾ ਵਧੀਆ ਚਾਹੀਦਾ ਕਿਉਂਕਿ ਬਾਈ 15-20 ਦਿਨ ਲੱਗਦੇ ਆ ਤੁਸੀਂ ਫਿਰ ਜੇ ਰੋਟੀਆਂ ਆਪਣੇ ਫਿਰ ਰੋਟੀਆਂ ਕੌਣ ਲਾਉਂਦਾ ਬੰਦਾ ਕਿਹੜਾ ਬੜਾ ਰੋਟੀਆਂ ਲਾਉਂਦਾ ਰੋਟੀਆਂ ਆਪਣੇ ਤਾਂ ਸਾਰੇ ਹੀ ਲਾ ਲੈਂਦੇ ਆ ਅੱਜ ਬਾਈ ਦੁਪਹਿਰੇ ਅਸੀਂ ਲਾਈਆਂ ਸੀਗੀਆਂ ਤੁਸੀਂ ਵੇਖਿਆ ਹੀ ਹੋਊਗਾ ਮਿਸਕਾ ਰੋਟੀਆਂ ਬਹੁਤ ਸਵਾਦੀ ਮੈਨੂੰ ਇੱਕ ਹੀ ਰੋਟੀ ਮਿਲੀ ਬਾਈ ਪਹਿਲਾਂ ਹੀ ਸਾਰੇ ਇੱਕ ਹੀ ਮੈਨੂੰ ਮਿਲੀ ਬਾਈ ਇੱਕ ਹੀ ਮੈਨੂੰ ਮਿਲੀ ਆ ਉਹ ਪਹਿਲਾਂ 10-10 ਖਾ ਗਏ ਬਾਈ ਜਿਨ੍ਹਾਂ ਨੇ ਲਾਈਆਂ ਸੀ ਸਾਡੇ ਵਾਸਤੇ ਰਹੀਆਂ ਹੀ ਨਹੀਂ ਆ ਚੱਲ ਕੋਈ ਨਾ ਚੱਲ ਕੋਈ ਨਹੀਂ ਸਵਾਦ ਬਹੁਤ ਸੀ ਪਰ ਇੱਕ ਹੀ ਮਿਲੀ ਬਸ ਸਵਾਦ ਆਪਣੇ ਬੰਦੇ ਸੀ ਕਿਹੜਾ ਬਗਾਨੇ ਜੀ ਵੀ ਗੱਲ ਕਰਦਾ ਮੈਂ ਤਾਂ लाल मिर्च किन्ने ग्राम पाउना ना लसन भी है रोटियां देखो पाकिस्तान का नक्शा गाई साहब मेरी ड्यूटी आप करती पूरी सब्जी वाली ठीक है सब्जी बनाती हूं अपने बंदे दूजे भाई लाई जाते रोटियां सैट काम चाचा ਜਮਾ ਓਕੇ ਆ ਕੰਮ ਹੈ ਰੋਟੀਆਂ ਤਾਂ ਫਿਰ ਅੱਜ ਲੈਣੀਆਂ ਘੈਂਟ ਰੋਟੀਆਂ ਰੋਟੀਆਂ ਲਾ ਕੇ ਮੁੰਡੇ ਉਹ ਪਕਾ ਕੇ ਤੇ ਖਾ ਕੇ ਫੇਰ ਤੁਰਨਾ ਅੱਜ ਸਾਰੀ ਰਾਤ ਹੀ ਟਰੈਕਟਰ ਚਲਾਉਣਾ ਜਮਾ ਸਿਰਾ ਹੋਇਆ ਪਿਆ ਜਮਾ ਚੜਲ ਪੜਲਦਾ ਤੇ ਗਾਈਸ ਆਪਾਂ ਚਲਾਵਾਂਗੇ 12 ਵਜੇ ਤੱਕ ਟਰੈਕਟਰ ਤੇ 12 ਵਜੇ ਤੋਂ ਬਾਅਦ ਰਾੜੇ ਹੁਣੀ ਚਲਾਉਣਗੇ ਠੀਕ ਆ ਤੇ ਓਕੇ ਆ ਕੰਮ ਆਪਣੀ ਟੀਮ ਹੁਣ 12 ਵਜੇ ਤੱਕ ਚਲਾਊਗੀ ਟੀਮਾਂ ਵੰਡਤੀਆਂ ਯਾਰ ਬਈ ਯਾਰ ਅੱਡੋ ਅੱਡੀ ਵੋਟਾਂ ਚਾਰ ਇੱਕ ਪਾਸੇ ਚਾਰ ਇੱਕ ਪਾਸੇ ਸਾਡੇ ਟਰਾਲੀ ਚ ਆਹ ਹਾਲ ਹੋ ਚੁੱਕਿਆ ਮੁੰਡਿਓ 8 ਵੋਟਾਂ ਸਾਡੀਆਂ
रात भरावा चाचा सुता पिया मैं चाचा चार्जर ए कही जावे घरे ही पिया मैं कही जावे घरे पिया मुड़के मैं हां हां चाचा पिया तां घरे ही आ मैं फोन दे दे ਉਹ ਕਹਿੰਦਾ ਦੂਜਾ ਫੋਨ ਚਲਾ ਲਾ ਪਤਾ ਨੀ ਦੂਜਾ ਕਿਹੜਾ ਚਲਾਈ ਜਾਵੇ ਨੀਂਦਰਾ ਵਾਲਾ ਚੜ ਕੇ ਜਾਂ ਤੈਨੂੰ ਗਾਇਸ 11 ਵੱਜ ਗਏ ਰਾਤ ਦੇ ਤੇ ਮੁੰਡਾ ਨੇ ਰੋਟੀਆਂ ਰੋਟੀਆਂ ਪਕਾ ਕੇ ਖਾ ਲੀਆਂ ਤੇ ਹੁਣ ਬਣਾ ਲਈ ਚਾਹ ਕੈੜੀ ਜੀ ਰੱਖ ਕੇ ਤੇ ਚਾਹ ਵੀ ਕਹਿੰਦੇ ਪੀ ਲਈ ਆ ਤੇ ਅੱਛਾ ਹਲਦੀ ਵਾਲਾ ਲਿਫਾਫਾ ਅਜੇ ਇੱਥੇ ਹੀ ਪਿਆ ਰੱਖਿਆ ਹੀ ਨੀ ਅੰਦਰ ਉਹਨਾਂ ਨੇ ਰੱਖਿਆ ਉਹ ਹਲਦੀ ਹੁਲਦੀ ਵਾਲੇ ਲਿਫਾਫੇ ਅੰਦਰ ਰੱਖਿਆ ਉਹ ਮੇਰਾ ਬਾਈ ਤੇ ਚਾਹ ਬਣਾ ਲਈ ਆ ਚਾਹ ਚੂ ਪੀ ਕੇ ਤੇ ਫਿਰ ਆਪਾਂ ਚੱਲਦੇ ਹਾਂ ਸਾਰੀ ਰਾਤ ਦੀ ਟਿਕਟ ਚਲਾਉਣਾ ਮੁੰਡਿਓ ਸੈੱਟ ਹੋ ਗਏ ਜਾਵਾਂ ਕਿਹੜੇ ਜੇ ਹੋ ਕੇ ਚੱਲਦੇ ਹਾਂ ਫਿਰ ਤੇ ਆਪੇ ਸਿਰਾ ਹੁਣ ਅੰਦਰ ਪੈ ਗਿਆ ਟੋਰ ਨਾਲ ਰਾੜਾ ਬਾਈ ਵੀ ਯਾਰ ਰਾਤ ਟਿਕਟ ਸਾਰੀ ਰਾਤ ਇਹਨੇ ਚਲਾਇਆ ਸੁੱਤਾ ਪਿਆ ਸੀਗਾ ਹੁਣ ਤਿੰਨ ਘੰਟੇ ਆਪਾਂ ਚਲਾ ਕੇ ਮੁੜ ਕੇ ਫਿਰ ਇਹਨਾਂ ਦੀ ਵਾਰੀ ਹੈ ਸੈੱਟ ਆ ਕੰਮ ਬਾਈ ਓਕੇ ਜਾਵਾਂ ਰਾੜੇ ਬਾਈ ਗਾਇਸ ਗੁੜ ਦੇਖੋ ਗਰਮ ਗਰਮ ਤੇ ਇੱਧਰ ਬਾਈ ਹੁਣੇ ਬਣਾਈ ਜਾਂਦੇ ਸੀਗੇ ਕੰਮ ਕਹਿੰਦੇ ਓਕੇ ਦੀ ਰਿਪੋਰਟ ਹੀ ਆ ਮੈਂ ਕਿਹਾ ਯਾਰ ਗਰਮ ਗੁੜ ਖਾਣਾ ਚਾਹੀਦਾ ਖਾ ਕੇ ਵੇਖ ਲਈਏ ਟੇਸਟ ਤਾਂ ਵੇਖੀਏ ਕਿਵੇਂ ਹੁੰਦਾ ਖਾਧਾ ਨਹੀਂ ਕਿਤੇ ਵਾਹਵਾ ਟਾਈਮ ਹੋ ਗਿਆ ਬਰਾਬਰ ਮੁੰਡੇ ਸਿਰ ਨੀ ਝਕਾਉਂਦੇ ਮਾਰਨਾ ਮਨਜੂਰੇ ਆ ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰੇ ਆ ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ ਪਹਿਲੀ ਕੰਮ ਹੌਲੀ ਹੌਲੀ ਕਰਾ ਕਰ ਦਾਣਾ ਅਣਕੈਲੀ ਮੁੰਡਾ ਪੱਟਿਆ ਰਗਾਨੇ ਤੇਰੀ ਨੋਜ਼ ਪੈਨ ਦਾ ਮੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ ਹੁਣ ਦੇ ਦੇ ਤੂੰ ਜਵਾਬ ਬਹੁਤਾ ਨੀ ਮੈਂ ਬੋਲਦਾ ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਕੋਲਦਾ